ਪੀਏ ਦੀ ਡਿਊਟੀ ਕਿਹਨੂੰ ਮਿਲਦੀ ਹੈ? ਜਾਂ ਬਹੁਤ ਹੀ ਸਮਝਦਾਰ ਸਾਡੇ ਗਰੇਵਾਲ ਸਾਹਿਬ ਵਰਗਾ ਸੁਚੱਜਾ ਤੇ ਜ਼ਿੰਮੇਵਾਰ ਬੰਦਾ ਹੋਵੇ ਲੈ ਕੇ ਹਾਜ਼ਰ। ਹਾਂਜੀ ਹੁਕਮ ਜ਼ਿੰਮੇਵਾਰੀ ਨਾਲ ਕਰੇ ਵੀ ਮੁਨਸ਼ੀ ਥਾਣੇ ਦਾ ਕਦੇ ਮਾਰ ਨਹੀਂ ਖਾਂਦਾ ਮਿੱਤਰਾਂ ਕੋਲ ਮਿਲਾਣੇ ਦਾ ਕੰਮ ਜ਼ਿੰਮੇਵਾਰੀ ਨਾਲ ਕਰੇ ਵੀ ਮੁਨਸ਼ੀ ਥਾਣੇ ਦਾ ਕਦੇ ਮਾਰ ਨਹੀਂ ਖਾਂਦਾ ਮਿੱਤਰਾਂ ਕੋਲ ਮਿਲਾਣੇ ਦਾ ਹੋ ਨੱਕ ਤੇ ਮੱਖੀ ਬੈਣ ਨਹੀਂ ਦਿੰਦੀ ਧੀ ਘਰਾਣੇ ਦੀ ਵੱਖਰੀ ਹੈ ਪਹਿਚਾਣ ਲੱਖੋ ਸਿੰਘਾਂ ਦੇ ਬਾਣੇ ਦੀ ਵੱਖਰੀ ਹੈ ਪਹਿਚਾਣ ਲੱਖੋ ਸਿੰਘਾਂ ਦੇ ਬਾਣੇ ਦੀ ਕੋਲਾ ਹਾਨੀ ਬਈ ਸੁਣਿਓ ਗੱਲ ਕੋਈ ਹੋਵੇ ਸਾਧ ਸ਼ਕੀਨ ਜੇ ਹੋਵੇ ਸਾਧ ਸ਼ਕੀਨ ਸ਼ੌਕੀਨ ਹਰਾਮੀ ਹੁੰਦਾ ਚੋਟੀ ਦਾ ਕਦੇ ਖਾੜੇ ਵਿੱਚ ਨੀ ਢਹਿਦਾ ਬਈ ਮਨ ਸਾਫ ਲੰਬੋਟੀ ਦਾ ਕਦੇ ਖਾੜੇ ਵਿੱਚ ਨੀ ਢਹਿਦਾ ਬਈ ਮਨ ਸਾਫ ਲੰਬੋਟੀ ਦਾ ਹੁਕਮ ਬਾਅਦ ਵਿੱਚ ਹੀ ਆਉਂਦੀ ਹੈ ਕੱਲ ਕੰਮ ਬਾਅਦ ਵਿੱਚ ਆਉਂਦੀ ਹੈ ਵੀ ਕਹੀ ਸਿਆਣੇ ਦੀ ਵੱਖਰੀ ਹੈ ਪਹਿਚਾਣ ਲੱਖੋ ਸਿੰਘਾਂ ਦੇ ਬਾਣੇ ਦੀ ਵੱਖਰੀ ਹੈ ਪਹਿਚਾਣ ਲੱਖੋ ਸਿੰਘਾਂ ਦੇ ਬਾਣੇ ਦੀ ਬੜੇ ਵਾਲੇ ਪੁਰਾਣੇ ਕੱਪੜੇ ਪਾ ਦੋ
ਬੜੇ ਦੇ ਪਏ ਨੇ ਉਹੀ ਪਾ ਦਿਓ ਪੁਰਾਣੇ ਕੱਪੜੇ, ਬੁੜੀਆਂ ਦੇ ਰਿਵਾਜ਼ ਮੰਨ ਲਿਆ, ਕਹਿੰਦੇ ਨਵਾਂ ਨਹੀਂ ਪਾਉਣਾ, ਕਿਉਂ ਨਹੀਂ ਪਾਉਣਾ, ਵੀ ਪੁਰਾਣੇ ਪੈਣੇ ਪਾ ਦਿਓ, ਗੱਲ ਸਹੀ ਹੈ ਨਾ, ਮਾਂ ਚਾਵਾਂ ਦੇ ਨਾਲ ਪਾਲਦੀ ਹੈ ਪੁੱਤ ਨਸ਼ਾ ਨਾ ਕਰਿਓ ਵੀਰੋ, ਨਸ਼ਾ ਤਾਂ ਮਾੜਾ ਰੋਟੀ ਦਾ, ਕੋਈ ਐਬ ਨਾ ਕਰਿਓ ਮਿੱਤਰੋ, ਐਬ ਤਾਂ ਮਾੜਾ ਰੋਟੀ, ਬਈ ਕਦੇ ਕੀਮਤ ਨਹੀਂ ਪੈਂਦੀ ਮਿੱਤਰੋ ਘੱਟਾ ਛਾਣੇ ਦੀ, ਇੱਕ ਇੱਕ ਲੱਖ ਰੁਪਏ ਦੀ ਗੱਲ ਹੈ ਸੇਠ ਜੀ, ਹੋ ਕਦੇ ਕੀਮਤ ਨਹੀਂ ਪੈਂਦੀ ਮਿੱਤਰੋ ਘੱਟਾ ਛਾਣੇ ਦੀ, ਆਪਾਂ ਮੰਡੀ ਚ ਖੜੇ ਆ, ਕਈ ਬੀਬੀ ਆ ਨਾ ਫੱਕ ਛਾਣ ਲੈਂਦੀ, ਉੱਥੇ ਵੀ ਦਾਣੇ ਨਿਕਲ ਆਉਂਦੇ ਨੇ, ਪੰਜ ਚਾਰ ਕਿਲੋ ਕੰਮ ਆ ਜਾਂਦੇ ਨੇ, ਘੱਟਾ ਛਾਣਦੇ ਕੀ ਮਾਣ, ਹੋ ਕਦੇ ਕੀਮਤ ਨਹੀਂ ਪੈਂਦੀ ਮਿੱਤਰੋ ਘੱਟਾ ਛਾਣੇ ਦੀ, ਬਖਰੀ ਹੈ ਪਹਿਚਾਣ ਲੋਕੋ ਸਿੱਖਾ ਦੇ ਬਾਣੇ ਦੀ, ਬਖਰੀ ਹੈ ਪਹਿਚਾਣ ਲੋਕੋ ਸਿੱਖਾ ਦੇ ਬਾਣੇ ਦੋ ਘੰਟੇ ਵੀ ਮਾੜੇ ਨੇ, ਦਿਮਾਗ ਕੰਮ ਚ ਹੀ ਰੱਖਿਆ ਕਰਦੇ ਆ।